ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਦੇ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਨੌਜਵਾਨ ਜਦੋਂ ਗਰਾਊਂਡ ਦੇ ਵਿੱਚ ਖੜਾ ਸੀ ਆਪਣੇ ਦੋਸਤ ਦੇ ਨਾਲ, ਤਾਂ ਤਿੰਨ ਅਣਪਛਾਤੇ ਮੂੰਹ ਢੱਕ ਕੇ ਹਮਲਾਵਰ ਆਉਂਦੇ ਨੇ। ਆਉਂਦੇ ਸਾਰ ਹੀ ਉਸ ਨੌਜਵਾਨ ਦੇ ਕੋਲੋਂ ਪਹਿਲਾਂ ਨਾਮ ਪੁੱਛਦੇ ਨੇ ਤੇ ਨਾਮ ਪੁੱਛਣ ਤੋਂ ਬਾਅਦ ਉਸਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਪਹਿਲੀ ਗੋਲੀ ਉਸਦੀ ਪੈਰ ਦੇ ਵਿੱਚ ਲੱਗਦੀ ਹੈ ਅਤੇ ਦੂਸਰੀ ਗੋਲੀ ਉਸਦੀ ਛਾਤੀ ਦੇ ਵਿੱਚ ਜਾ ਲੱਗਦੀ ਹੈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੌਜਵਾਨ ਦੇ ਨਾਲ ਖੜਾ ਇੱਕ ਸਾਥੀ ਜਦੋਂ ਉਹਨਾਂ ਨੂੰ ਭਜਾਉਣ ਦੇ ਲਈ ਪੱਥਰ ਚੁੱਕਦਾ ਹੈ ਤਾਂ ਉਸਦੇ ਉੱਤੇ ਵੀ ਪਿਸਤੌਲ ਤਾਣ ਦਿੱਤੀ ਜਾਂਦੀ ਹੈ। ਹਾਲਾਂਕਿ ਹਮਲਾਵਰ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਸਨ, ਤਿੰਨ ਦੇ ਕਰੀਬ ਉਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ ਨੇ, ਕਿਉਂਕਿ ਹੁਣ ਪੁਲਿਸ ਦੇ ਵੱਲੋਂ ਜਾਂਚ ਇਸਦੀ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਨੌਜਵਾਨ ਦੇ ਉੱਤੇ ਜਦੋਂ ਗਰਾਊਂਡ ਦੇ ਵਿੱਚ ਖੜਾ ਸੀ ਤਾਂ ਉਸਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ। ਭਾਜੀ ਸ਼ੈਲੀ ਮੁੰਡਾ ਆਪਣਾ ਧਾਰੀਵਾਲ ਤੋਂ ਭਰਾ ਜੇ, ਅਤੇ ਆਪਣਾ ਮੋਟਰਸਾਈਕਲ ਆਪਣੇ ਮੇਲ ਗਰਾਊਂਡ ਦੇ ਖਲੋਤੇ ਸੀਗੇ ਅਤੇ ਉੱਥੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ, ਉਹਨਾਂ ਉਤਰਦਿਆਂ ਸਾਰੀ ਤਿੰਨ ਪਹਿਲਾਂ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ। ਫਿਰ ਸ਼ੈਲੀ ਵੀਰ ਭੱਜੇ, ਫਿਰ ਸ਼ੈਲੀ ਵੀਰ ਜਦੋਂ ਭੱਜੇ ਨਾ ਅਤੇ ਫਿਰ ਉਹ ਮਗਰ ਗਏ ਉਹਨਾਂ ਦੇ, ਅਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ, ਅਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਂ ਜਦੋਂ ਮਗਰ ਭੱਜਿਆ ਫਿਰ ਉਹਨਾਂ ਨੇ ਫਿਰ ਉਹ ਵੀ ਗਾੜੀ ਮੁੱਲ ਹੈ ਭੱਜ ਕੇ ਗੋਲੀਆਂ ਮਾਰ ਕੇ। ਕਿੰਨੇ ਵੈਪਨ ਸੀ ਨਾ ਉਹਨਾਂ ਕੋਲ? ਦੋ ਵੈਪਨ ਸੀਗੇ। ਕਿੰਨੇ ਮੁੰਡੇ? ਤਿੰਨ ਸੀਗੇ। ਉਹਨਾਂ ਨੇ ਮਤਲਬ ਆਪਣਾ ਜੈਕਟ ਪਾਈ ਸੀ, ਬਾਕੀ ਉਹਦਾ ਮੂੰਹ ਸਿਰ ਵੱਧਾ ਸੀ, ਜੈਕਟਾਂ ਹੁੱਡੀਆਂ ਪਾਈਆਂ ਸੀ। ਜਦੋਂ ਆਏ ਸੀ ਉਹ ਕੀ ਕਹਿੰਦੇ ਜਾਂ ਕੀ ਬੋਲੇ ਜਾ ਰਹੇ? ਹਾਂ ਕਹਿੰਦੇ ਸ਼ੈਲੀ ਤੂੰ ਆ ਭੈਣ ਚੋ, ਇੱਦਾਂ ਕਰਕੇ ਕਹਿੰਦੇ ਸੀ। ਸ਼ੈਲੀ ਕੀ ਕਿਹਾ? ਸ਼ੈਲੀ ਕਹਿੰਦਾ ਹਾਂ ਮੈਂ, ਦੱਸੋ ਤੂੰ ਨਾ ਆਉਂਦੇ ਪੈਰ 'ਤੇ ਗੋਲੀ ਮਾਰਦੀ। ਤਿੰਨੇ ਮੁੰਡੇ ਅੱਗੇ ਆਏ ਕਿ ਜਾਂ? ਨਾ ਨਾ, ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਰਹੇ, ਇੱਕ ਮੁੰਡਾ ਉਤਰਿਆ, ਉਹਦੇ ਕੋਲ ਦੋ ਵੈਪਨ ਸੀਗੇ। ਗੋਲੀਆਂ ਕਿੱਧਰੋਂ ਭੱਜੇ ਫਿਰ? ਗੋਲੀਆਂ ਮਾਰ ਕੇ ਭਾਜੀ ਉਹ ਭੱਜੇ ਬੇਬੇ ਨਾਨਕੀ, ਉੱਥੇ ਗਰਾਊਂਡ 'ਚੋਂ ਮਾਰ ਕੇ ਨਾ ਤਾਂ ਭੱਜੇ ਬੇਬੇ ਨਾਨਕੀ ਵੱਲ ਨੂੰ, ਜੋ ਚੜ੍ਹਦੀ ਨਹੀਂ ਚੜ੍ਹਾਈ ਜੀ ਉੱਧਰ ਨੂੰ ਭੱਜੇ। ਕੌਣ ਚੁੱਕ ਕੇ ਲੈ ਗਿਆ ਉਹਨੂੰ? ਫਿਰ ਕਹਿੰਦਾ ਸ਼ੈਲੀ ਵੀ ਮੈਂ ਚੁੱਕ ਲਿਆਂਦਾ, ਨਾਲ ਮੇਰੇ ਦੋਸਤ ਸੀ ਦੋ ਚਾਰ। ਤੈਨੂੰ ਵੀ ਤਾਂ ਭੁਕਾਉਣ ਦੀ ਕੋਸ਼ਿਸ਼ ਕੀਤੀ ਤੇਰੇ ਵਾਲੀ? ਹਾਂ, ਮੈਂ ਆਪਣੇ ਜਦੋਂ ਪੱਥਰ ਲੈ ਰੋੜਾ ਲੈ ਕੇ ਭੱਜਣਾ ਨਾ ਮਗਰ, ਉਹਨਾਂ ਮੇਰੇ ਵੱਲ ਨੂੰ ਵੈਪਨ ਕੀਤਾ, ਮੈਂ ਮੈਨੂੰ ਕਹਿੰਦਾ ਆਪ ਦੇ ਗਾਹ ਤੇਰੇ ਮਾਰ ਹੈ ਨਾ, ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਫਿਰ ਮੈਂ ਰੋੜਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਭੱਜ ਗਏ। ਹੁਣ ਕੀ ਹਾਲਾਤ ਨੇ ਸ਼ੈਲੀ ਦੇ? ਹੁਣ ਚਲੋ ਠੀਕ ਜੇ, ਬਾਕੀ ਦੇਖੋ ਕੀ ਬਣਦਾ ਜੀ। ਕੋਈ ਪੁਲਿਸ ਰਿਪੋਰਟ ਵਗੈਰਾ ਕੀਤੀ ਹੈ? ਹਾਂਜੀ ਹਾਂਜੀ, ਰਿਪੋਰਟ ਦਿੱਤੀ ਹੈ। ਮੇਲ ਗਰਾਊਂਡ 'ਚ ਗੋਲੀ ਚੱਲੀ ਅੱਜ ਮੌਕੇ 'ਤੇ ਆਏ ਹਾਂ। ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨ ਹੈ ਮੁੰਡਾ ਖੁੰਡੇ ਪਿੰਡ ਦਾ, ਇੱਕ ਮੁੰਡਾ ਹੈਗਾ ਵਾ ਦੀਨੇਵਾਲ ਦਾ, ਦੀਨਪੁਰ ਦਾ ਬੰਟੀ ਮੁੰਡਾ। ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ, ਕ੍ਰਿਮੀਨਲ ਬੈਕਗ੍ਰਾਊਂਡ ਦੇ ਨੇ ਦੋਨੋਂ, ਅਤੇ ਇਹਨਾਂ 'ਤੇ ਪਹਿਲਾਂ ਵੀ ਆਲਰੇਡੀ ਮੁਕੱਦਮੇ ਦਰਜ ਨੇ। ਇਹਨਾਂ ਦੀ ਆਪਸ ਵਿੱਚ ਪਹਿਲਾਂ ਤੋਂ ਹੀ ਕੋਈ ਲੜਾਈ ਝਗੜਾ ਚੱਲ ਰਿਹਾ ਸੀ, ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਹੈ। ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ, ਜਿਹਦੇ ਫਾਇਰ ਆਰਮ ਲੱਗਾ ਹੈ, ਅਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ, ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ, ਅਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਗਰਾਊਂਡ 'ਚ ਆਇਆ, ਅਤੇ ਉਹਦੇ ਨਾਲ ਫਾਇਰ ਇੰਜਰੀ ਕੀਤੀ। ਕਿੰਨੇ ਲੋਕ ਸੀ ਫਾਇਟਿੰਗ ਵਾਲੇ? ਫਾਇਰ ਵਾਲੇ ਤਿੰਨ ਜਣੇ ਸੀ ਟੋਟਲ। ਕਾਬੂ ਆਇਆ? ਬਸ ਨਹੀਂ, ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਲਦੀ ਕਾਬੂ ਆ ਜਾਣਗੇ। ਕਿੰਨੇ ਫਾਇਰ ਕੀਤੇ ਜੀ? ਫਾਇਰ ਉਹਨਾਂ ਚਾਰ ਕੀਤੇ ਜੀ। ਉਹ ਵੀ ਹਵਾਈ ਫਾਇਰ ਰਾਤ ਵੀ ਹੋਇਆ, ਉਸ ਨਾਲ ਰਿਲੇਟਡ ਹੈ, ਉਹ ਵੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਬਸ ਲੱਗ ਕਰ ਹੀ ਰਹੇ, ਤੁਹਾਡੇ ਸਾਹਮਣੇ ਦੇਖੋ ਮੌਕੇ ਤੇ ਹੀ ਕਰ ਰਹੇ ਹਾਂ। ਹਾਂ ਕਰ ਰਹੇ ਹਾਂ, ਕਰ ਰਹੇ ਹਾਂ ਟੋਟਲੀ ਸਾਰਾ ਕੁਛ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ? ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੇ ਦੋਸ਼ੀ ਅਰੈਸਟ ਕਰ ਰਹੇ ਹਾਂ।